ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ, ਜਿਸ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਹਾਂ ਉਹਨਾਂ ਖਾਸ ਸ਼ਖਸੀਅਤਾਂ ਦੇ ਨਾਲ ਜੋ ਤੁਹਾਡੇ ਪਿਆਰ ਨਾਲ ਬਣਦੇ ਨੇ ਖਾਸ। ਅਤੇ ਇਸ ਸ਼ੋਅ ਦਾ ਨਾਮ ਹੈ ਜੀ PTC ਸਪੋਟਲਾਈਟ। ਮਿਊਜ਼ਿਕ ਵਿੱਚ ਬੀਟ, ਆਵਾਜ਼ ਵਿੱਚ ਮੈਲੋਡੀ ਅਤੇ ਅੰਦਾਜ਼ ਵਿੱਚ ਸਵੈਗ। ਦੋਸਤੋ, ਅੱਜ PTC ਸਪੋਟਲਾਈਟ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਟੈਲੈਂਟਡ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਗੋਲਡ ਬੋਆਏ ਦੇ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਭਾਅ ਜੀ, ਬਿਲਕੁਲ ਠੀਕ। ਹੋਰ ਠੀਕ ਠਾਕ ਜੀ? ਬੜੇ ਦਿਨਾਂ ਬਾਅਦ ਮੁਲਾਕਾਤ ਹੋਈ ਅੱਜ ਆਪਣੀ। ਹਾਂਜੀ ਹਾਂਜੀ ਭਾਅ ਜੀ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ PTC ਸਪੋਟਲਾਈਟ ਦੇ ਵਿੱਚ। ਥੈਂਕ ਯੂ ਸੋ ਮਚ ਭਾਅ ਜੀ, ਥੈਂਕ ਯੂ ਸੋ ਮਚ। ਗੋਲਡ ਬੋਆਏ ਇੱਕ ਬਹੁਤ ਹੀ ਯੂਨੀਕ ਨੇਮ ਜੋ ਕਿ ਬਣ ਚੁੱਕਿਆ ਸਾਡੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ। ਹਾਂਜੀ, ਗੋਲਡ ਬੋਆਏ ਨਾਮ ਤਾਂ ਬੜਾ ਯੂਨੀਕ ਆ, ਪਰ ਇਹ ਸੱਚ ਸੱਚ ਦੱਸੋ ਕਿ ਗੋਲਡ ਬੋਆਏ ਦਾ ਅਸਲੀ ਨਾਮ ਕੀ ਹੈ, ਯਾਨੀ ਕਿ ਜਿਹੜਾ ਪਹਿਲਾਂ ਮੇਰਾ ਨਾਮ ਦੇ ਘਰ ਦੇ ਬੁਲਾਉਂਦੇ ਸੀ ਨਾਂ ਤੋਂ, ਉਹ ਨਾਂ ਕੀ ਹੈ? ਮੇਰਾ ਨਾਮ ਮਨਿੰਦਰ ਸਿੰਘ ਹੈ ਜੀ, ਮਨਿੰਦਰ ਸਿੰਘ। ਹਾਂਜੀ, ਅੱਛਾ ਜੀ। ਸੋ ਇਹ ਗੋਲਡ ਬੋਆਏ ਨਾਮ ਕਿਸ ਤਰ੍ਹਾਂ ਪਿਆ? ਮੇਰੇ ਨਾਨਕਿਆਂ ਨੇ ਰੱਖਿਆ ਸੀ, ਮੇਰਾ ਨਾਮ ਗੋਲਡੀ। ਅੱਛਾ ਜੀ। ਹਾਂਜੀ, ਅਤੇ ਗੋਲਡੀ ਕਹਿੰਦੇ ਸੀ ਸਾਰੇ, ਅਤੇ ਫਿਰ ਮੇਰੇ ਸਾਡੀ ਟੀਮ ਕਰਮਾ ਦੇ ਜੋ ਮੇਨ ਹੈਡ ਨੇ ਅਤੇ ਉਮੇਸ਼ ਕਰਮਾ ਵਾਲਾ ਭਾਅ ਜੀ, ਉਹਨਾਂ ਨੇ ਮੇਰਾ ਨਾਮ ਗੋਲਡ ਬੋਆਏ ਕਰਤਾ, ਗੋਲਡ ਬੋਆਏ ਕਰਤਾ, ਯੂਨੀਕ। ਹਾਂਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਨਾਮ ਬਣ ਚੁੱਕਿਆ। ਉਸਦਾ ਰੀਜ਼ਨ ਇਹ ਹੈ ਕਿ ਗੋਲਡ ਬੋਆਏ ਨੇ ਬਹੁਤ ਵਧੀਆ ਵਧੀਆ ਟਰੈਕਸ ਦਿੱਤੇ ਨੇ। ਥੈਂਕ ਯੂ ਸੋ ਮਚ ਇਨ ਟਰਮਸ ਆਫ ਸਿੰਗਿੰਗ। ਸੋ ਆਪਾਂ ਜੇ ਕਰੀਅਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਕਰੀਅਰ ਦੇ ਬਾਰੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਹਾਡੀ ਸ਼ੁਰੂਆਤ ਹੋਈ, ਕਿਸ ਤਰ੍ਹਾਂ ਤੁਹਾਡਾ ਮਿਊਜ਼ਿਕ ਦੇ ਵਿੱਚ ਜਾਣਾ ਹੋਇਆ, ਫਿਰ ਸਿੰਗਿੰਗ ਦੇ ਵਿੱਚ ਜਾਣਾ ਹੋਇਆ, ਥੋੜ੍ਹਾ ਜਿਹਾ ਇਸ ਦੇ ਬਾਰੇ ਸਾਨੂੰ ਦੱਸੋ। ਅਤੇ ਪਹਿਲਾਂ ਤਾਂ ਮੈਂ ਬਣਨਾ ਤਾਂ ਸਿੰਗਰ ਹੀ ਚਾਹੁੰਦਾ ਸੀਗਾ। ਅੱਛਾ ਜੀ। ਸ਼ੁਰੂ ਤੋਂ ਗਾਇਕੀ ਦਾ ਸ਼ੌਂਕ ਸੀਗਾ ਅਤੇ ਬੈਕਗਰਾਊਂਡ ਸੀ ਨਹੀਂ ਕੋਈ ਮਿਊਜ਼ਿਕ ਦੇ ਵਿੱਚ, ਕਿਸੇ ਦੀ ਵੀ ਮੇਰੇ ਘਰ ਦੇ ਵਿੱਚ ਕੋਈ ਫੈਮਿਲੀ ਦੇ ਕੋਈ ਨਹੀਂ ਗਾਉਂਦੇ ਸੀ। ਅਤੇ ਮੈਂ ਇੱਕ ਵਾਰ ਕਲਾਸ 'ਚ 10th ਕਲਾਸ 'ਚ ਹੁੰਦਾ ਸੀ ਅਤੇ ਮੈਂ ਇੱਕ ਵਾਰ ਗਾਣਾ ਗਾਇਆ ਦਿਲਦਾਰੀਆਂ ਅਤੇ ਮੈਡਮ ਕਹਿੰਦੇ, ਮੈਂ ਇੱਕ ਮੈਮ ਸੈਮੀਨਾਰ ਲਾਉਣ ਆਏ ਸੀਗੇ ਮੇਰੇ ਸਾਡੀ ਕਲਾਸ ਵਿੱਚ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੀ ਆਵਾਜ਼ ਬਹੁਤ ਸੋਹਣੀ ਆ, ਤੂੰ ਜਿੱਦਾਂ ਕਹਿੰਦਾ ਪੰਪ ਦੇ ਤਾ ਮੈਨੂੰ, ਅਤੇ ਉਹ ਪੰਪ ਸੀਰੀਅਸ ਲੈ ਗਿਆ। ਠੀਕ ਹੈ, ਕਿਤੇ ਨਾ ਕਿਤੇ ਪੰਪ ਮਿਲਣਾ ਚਾਹੀਦਾ। ਹਾਂਜੀ, ਅਤੇ ਉਹ ਫਿਰ ਮੈਂ ਸੀਰੀਅਸ ਲੈ ਗਿਆ ਉਹਨੂੰ, ਫਿਰ ਮੈਂ ਲੱਗ ਕਰਦਾ ਰਿਹਾ। ਪਹਿਲਾਂ ਤਾਂ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਮੈਂ ਇੱਥੇ ਤੱਕ ਪਹੁੰਚ ਜਾਵਾਂਗਾ, ਪਰ ਜਿੱਦਾਂ ਕਹਿ ਲਓ ਕਿ ਕਿਸਮਤ ਅਤੇ ਮੈਨੂੰ ਇੱਥੇ ਤੱਕ ਲੈ ਕੇ ਆਏ ਮੇਰੇ ਗੁਰੂ ਜੀ ਮਾਸਟਰ ਸਲੀਮ ਜੀ, ਉਹਨਾਂ ਨੇ ਬਹੁਤ ਸਾਥ ਦਿੱਤਾ, ਅਤੇ ਜਿੰਨੇ ਵੀ ਮੇਰੀ ਲਾਈਫ ਦੇ ਵਿੱਚ ਕਿਰਦਾਰ ਆਏ ਨੇ ਉਹਨੇ ਮਤਲਬ ਅੱਛੇ ਲੋਕ ਹੀ ਮਿਲੇ ਨੇ ਮੈਨੂੰ, ਜਿਹਦੇ ਕਰਕੇ ਮੈਨੂੰ ਇੱਥੇ ਤੱਕ ਮੈਂ ਪਹੁੰਚ ਪਾਇਆ ਹਾਂ। ਅਤੇ ਅਜੇ ਤਾਂ ਮੰਜ਼ਿਲ ਹੋਰ ਵੀ ਹੈਗੀ ਆ। ਤੁਸੀਂ ਜਲੰਧਰ ਤੋਂ ਬਿਲੋਂਗ ਕਰਦੇ ਹੋ? ਜਲੰਧਰ ਦੇ ਲਾਗੇ ਦਸੂਆ। ਅੱਛਾ, ਦਸੂਆ ਤੋਂ ਕਰਦੇ ਹੋ ਤੁਸੀਂ? ਮਾਸਟਰ ਸਲੀਮ ਜੀ ਦਾ ਜ਼ਿਕਰ ਕੀਤਾ ਹੈ ਨਾ? ਹਾਂਜੀ ਹਾਂਜੀ। ਤੁਸੀਂ ਇਹ ਵੀ ਦੱਸਿਆ ਕਿ 10th ਤੋਂ ਬਾਅਦ ਮੈਂ ਫਿਰ ਲੱਗਿਆ ਰਿਹਾ ਮਿਊਜ਼ਿਕ। ਹਾਂਜੀ ਹਾਂਜੀ ਹਾਂਜੀ। ਤੁਸੀਂ ਸਿੱਖਿਆ ਵੀ ਹੋਏਗਾ। ਹਾਂਜੀ, ਮਿਊਜ਼ਿਕ ਮਤਲਬ ਮਿਊਜ਼ਿਕ ਤਾਂ ਮਿਊਜ਼ਿਕ ਵੀ ਸਿੱਖਿਆ ਹੋਣਾ, ਸਿੰਗਿੰਗ ਵੀ ਸਿੱਖੀ। ਹਾਂਜੀ ਹਾਂਜੀ ਭਾਈ। ਸੋ ਮਾਸਟਰ ਸਲੀਮ ਜੀ ਦੇ ਨਾਲ ਕਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ, ਉਹਨਾਂ ਨਾਲ ਕਿਸ ਤਰ੍ਹਾਂ ਸਬਬ ਬਣਿਆ ਕਿ ਉਹਨਾਂ ਦੇ ਕੋਲ ਤੁਸੀਂ ਪਹੁੰਚੇ ਅਤੇ ਉਹਨਾਂ ਤੋਂ ਗਾਇਕੀ ਦੇ ਬਾਰੇ ਕੁਛ ਸਿੱਖਿਆ? ਤੁਹਾਨੂੰ ਯਾਦ ਹੋਣਾ ਸੀ 5-6 ਸਾਲ ਪਹਿਲਾਂ ਵੌਇਸ ਆਫ ਪੰਜਾਬ 'ਚ ਮਿਲੇ ਸੀ। ਬਿਲਕੁਲ ਜੀ, ਇਹ ਵੀ ਗੱਲ ਸੱਚੀ ਹੈ ਕਿ ਅਸੀਂ ਪਹਿਲਾਂ ਬਹੁਤ ਸਾਲਾਂ ਤੋਂ ਆਪਾਂ ਜਾਣਦੇ ਹਾਂ, ਪਰ ਉਦੋਂ ਸ਼ਾਇਦ ਇਹ ਜ਼ਿਕਰ ਨਹੀਂ ਹੋਇਆ ਸੀਗਾ। ਹਾਂਜੀ, ਬਿਲਕੁਲ, ਕਿਉਂਕਿ ਉਦੋਂ ਤੁਸੀਂ ਮਾਸਟਰ ਸਲੀਮ ਜੀ ਦੇ ਨਾਲ ਸੀਗੇ, ਉਦੋਂ ਇਹ ਜ਼ਿਕਰ ਨਹੀਂ ਹੋਇਆ ਸੀਗਾ। ਨਹੀਂ ਨਾਲ ਸੀਗੇ, ਮੈਂ ਕਹਿੰਦਾ ਕਿ ਉਦੋਂ ਤੁਸੀਂ ਆਏ ਸੀਗੇ। ਹਾਂਜੀ, ਮੈਂ ਵੌਇਸ ਆਫ ਪੰਜਾਬ 'ਚ ਆਇਆ ਸੀਗਾ ਐਜ਼ ਅ ਇੱਕ ਕਹਿ ਲਓ ਕਿ ਆਡੀਸ਼ਨ ਦਿੱਤਾ ਸੀ। ਆਡੀਸ਼ਨ ਵੀ ਦਿੱਤਾ ਸੀ। ਉੱਥੇ ਮੇਰਾ ਦੋਸਤ ਬਣਿਆ ਸੀ ਇੱਕ ਅੰਕਿਤ, ਅਤੇ ਉਹਨੇ ਉਹ ਗੁਰੂ ਉਹ ਆਪਣੇ ਗੁਰੂ ਮੰਨਦਾ ਸੀਗਾ ਤੇ ਗੁਰੂ ਮਾਸਟਰ ਸਲੀਮ ਜੀ ਨੂੰ। ਅੱਛਾ, ਤੇ ਉਹਨਾਂ ਨੇ ਮੈਨੂੰ ਮਿਲਾਇਆ। ਅੱਛਾ, ਉਦੋਂ ਤੋਂ ਮੁਲਾਕਾਤ ਹੋਈ ਹੈ ਜੀ, ਯਾਨੀ ਕਿ ਡਿਊਰਿੰਗ ਵੌਇਸ ਆਫ ਪੰਜਾਬ ਦੇ ਵਿੱਚ ਤੁਹਾਡੀ ਮੁਲਾਕਾਤ ਹੋਈ ਹੈ? ਤੋਂ ਬਾਅਦ ਜਿੱਦਾਂ ਕਹਿ ਲਓ ਕਿ ਮੈਂ ਬਾਹਰ ਪਹਿਲੀ ਵਾਰ ਨਿਕਲਿਆ ਸੀਗਾ। ਅੱਛਾ ਅੱਛਾ, ਤੇ ਆਡੀਸ਼ਨਸ ਦੇਣ। ਅੱਛਾ ਜੀ, ਪੱਲੇ ਤਾਂ ਸੀਗਾ ਨਹੀਂ ਕੁਛ, ਕੱਢ ਕੁੱਢ ਦਿੱਤਾ ਸੀ ਬਾਹਰ, ਕਹਿੰਦੇ ਹੋਰ ਸਿੱਖੋ। ਠੀਕ ਹੈ ਜੀ। ਤੇ ਫਿਰ ਮੁਲਾਕਾਤ ਉਹਨਾਂ ਨਾਲ ਹੋਈ, ਫਿਰ ਮੈਂ ਉਹਨਾਂ ਦੇ ਘਰ ਜਾ ਕੇ ਮਿਲਿਆ, ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਵਧੀਆ ਮਿਊਜ਼ਿਕ ਕਰਦਾ ਹੈ ਅਤੇ ਤੂੰ ਹੋਰ ਅੱਗੇ ਕਰ, ਅਤੇ ਉਹਨਾਂ ਨੇ ਆਸ਼ੀਰਵਾਦ ਦਿੱਤਾ, ਅਤੇ ਉਹਨਾਂ ਦੇ ਬੋਲ ਜੋ ਸੀਗੇ ਉਹ ਸੱਚ ਹੋ ਰਹੇ ਨੇ ਹੈਗੇ, ਹੋਰ ਵੀ ਮਜ਼ਾ ਹੈਗੀ ਹੈ ਜੀ। ਸੋ ਦੋਸਤੋ, ਮਤਲਬ ਤੁਸੀਂ ਵੀ ਦੇਖ ਸਕਦੇ ਕਿ ਵੌਇਸ ਆਫ ਪੰਜਾਬ ਤੋਂ ਬਾਅਦ ਤੁਸੀਂ ਇੱਕ ਕੰਟੈਸਟੈਂਟ ਐਜ਼ ਅ ਕੰਟੈਸਟੈਂਟ ਆਏ ਸੀ, ਉਸ ਤੋਂ ਬਾਅਦ ਮਾਸਟਰ ਸਲੀਮ ਜੀ ਨਾਲ ਤੁਹਾਡੀ ਮੁਲਾਕਾਤ ਹੋਈ, ਅਤੇ ਇੱਕ ਵੈਸੇ ਸਿਫਤ ਕਰਨਾ ਚਾਹਾਂਗੇ ਉਹਨਾਂ ਦੀ, ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਉਹਨਾਂ ਨੇ ਆਪਣੇ ਘਰੇ ਬੁਲਾਇਆ ਅਤੇ ਤੁਹਾਨੂੰ ਉਹਨਾਂ ਨੇ ਤੁਹਾਨੂੰ ਦੱਸਿਆ ਸਿਖਾਇਆ, ਬਹੁਤ ਪਿਆਰ ਦਿੱਤਾ, ਇਹ ਵੀ ਆਸ਼ੀਰਵਾਦ ਹੀ ਹੁੰਦਾ ਇੱਕ ਵੱਡਿਆਂ ਦਾ। ਸੋ ਕਿੰਨਾ ਕੁ ਮਾਇਨੇ ਰੱਖਦੇ ਨੇ ਮਾਸਟਰ ਸਲੀਮ ਤੁਹਾਡੀ ਲਾਈਫ ਦੇ ਵਿੱਚ, ਕਿੰਨਾ ਕੁਛ ਸਿੱਖਿਆ ਤੁਸੀਂ ਉਹਨਾਂ ਤੋਂ? ਜਿਵੇਂ ਮਿਊਜ਼ਿਕ ਹੈ ਜੀ, ਮੇਰੇ ਲਈ ਮਿਊਜ਼ਿਕ ਹੀ ਨੇ ਉਹ।
ਵਾਹ ਜੀ ਵਾਹ। ਉਹ ਉਹਨਾਂ ਦੇ ਬਾਰੇ ਬਸ ਕਿ ਉਹ ਮੇਰੇ ਲਈ ਤਾਂ ਰੱਬ ਨੇ। ਵਾਹ ਜੀ ਵਾਹ। ਬਿਲਕੁਲ। ਅਤੇ ਉਹਨਾਂ ਦਾ ਇੱਕ ਹੁੰਦਾ ਕਹਿੰਦੇ ਆ ਨਾ ਕਿ ਪੋਜ਼ਿਟਿਵਿਟੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਪੋਜ਼ਿਟਿਵਿਟੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਅਤੇ ਪੋਜ਼ਿਟਿਵਿਟੀ ਕਰਕੇ ਉਹਨਾਂ ਨੇ ਮੈਨੂੰ ਪੋਜ਼ਿਟਿਵ ਐਨਰਜੀ ਦਿੱਤੀ ਬਹੁਤ ਕਿ ਤੂੰ ਬਹੁਤ ਅੱਗੇ ਜਾਏਗਾ। ਵਾਹ ਜੀ ਵਾਹ। ਅਤੇ ਉਹੀ ਚੀਜ਼ ਅੱਛਾ ਕਹਿ ਲਓ ਹੈ ਨਾ, ਮੈਂ ਮੇਰਾ ਇਹ ਕਹਿ ਲਓ ਕਿ ਪੁਆਇੰਟ ਰਿਹਾ ਕਿ ਮਤਲਬ ਮੇਰੇ ਲਈ ਕਿ ਮੈਨੂੰ ਨੈਗੇਟਿਵ ਐਨਰਜੀ ਤੋਂ ਮੈਂ ਦੂਰ ਭੱਜਦਾ, ਅਤੇ ਪੋਜ਼ਿਟਿਵ ਜੋ ਮੈਨੂੰ ਦਿਖਦਾ ਹੈ ਅਤੇ ਉਹਦੇ ਨਾਲ ਮੈਂ ਬਹੁਤ ਖੁਸ਼ ਰਹਿਣਾ, ਅਤੇ ਫਿਰ ਪੋਜ਼ਿਟਿਵ ਲੋਕ ਹੀ ਲੱਭ ਹੋਣੇ ਚਾਹੀਦਾ, ਕਿਉਂਕਿ ਇੱਕ ਪੋਜ਼ਿਟਿਵ ਐਨਰਜੀ ਹੋਣੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਪਰ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਪਹਿਲਾ ਮੌਕਾ ਕਿਸ ਤਰ੍ਹਾਂ ਮਿਲਿਆ, ਕਿਉਂਕਿ ਤੁਸੀਂ ਚਾਹਤਾਂ ਜਿਹੜਾ ਗੀਤ ਸੀਗਾ ਉਸ ਨਾਲ ਤੁਸੀਂ ਡੈਬਿਊ ਕੀਤਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਐਜ਼ ਅ ਸਿੰਗਰ, ਠੀਕ ਹੈ, ਪਰ ਉਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੇ ਗਾਣਿਆਂ ਨੂੰ ਮਿਊਜ਼ਿਕ ਦਿੱਤਾ, ਸੋ ਸ਼ੁਰੂਆਤ ਤੁਹਾਡੀ ਐਜ਼ ਅ ਮਿਊਜ਼ਿਕ ਡਾਇਰੈਕਟਰ ਤੋਂ ਹੋਈ? ਹਾਂਜੀ, ਮੈਂ ਤੁਹਾਨੂੰ ਕਿਹਾ ਸੀ ਮੈਂ ਸਿੰਗਰ ਬਣਨਾ ਚਾਹੁੰਦਾ ਸੀ, ਅਤੇ ਇੱਦਾਂ ਹੀ ਮੈਂ ਕਿਸੇ ਦੋਸਤ ਤੋਂ ਪੁੱਛਿਆ ਕਿ ਯਾਰ ਮਿਊਜ਼ਿਕ ਡਾਇਰੈਕਟਰ ਦਾ ਨੰਬਰ ਦੇ ਮੈਨੂੰ, ਹੈ ਨਾ, ਮੈਂ ਫੋਨ ਕਰੂੰਗਾ। ਮੈਂ ਤਾਂ ਦੋ ਤਿੰਨ ਮਿਊਜ਼ਿਕ ਡਾਇਰੈਕਟਰ ਨੂੰ ਕਾਲ ਕੀਤਾ, ਫਿਰ ਹੁਣ ਹੈਗਾ ਤਾਂ ਕੋਈ ਕਮਾ ਕਰਦੇ ਹੁਣ ਜਿੰਨੇ ਵੀ 5 ਰੁਪਏ ਵੀ ਦਿੰਦੇ ਸੀ ਕਿ ਪੁੱਛਦੇ ਸੀਗੇ ਕੀ ਕਰਨੇ ਆ, ਅਤੇ ਫਿਰ ਉਹਨਾਂ ਨੇ ਕਹਿਤਾ ਕਿ ਇੰਨੇ ਪੈਸੇ ਲੱਗੂਗੇ, ਜ਼ਿਆਦਾ ਲੱਗੂਗੇ ਇੱਦਾਂ। ਫਿਰ ਮੈਂ ਕਿਹਾ ਯਾਰ ਇੰਨੇ ਤਾਂ ਮੇਰੇ ਤੋਂ ਹੈ ਨਹੀਂ, ਮੈਂ ਕੀ ਕਰੂੰਗਾ। ਫਿਰ ਮੇਰਾ ਦੋਸਤ ਆ ਰਾਜਨ, ਉਹਨੇ ਮੈਨੂੰ ਨਾ ਸੋਫਟਵੇਅਰ ਦਿੱਤਾ ਐਫਲ ਸਟੂਡੀਓ, ਅਤੇ ਮੈਂ ਖੁਦ ਹੀ ਚਲਾਉਣਾ ਸ਼ੁਰੂ ਕਰ ਦਿੱਤਾ। ਅੱਛਾ। ਮੈਂ ਲੱਗਾ ਰਹਿੰਦਾ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਮਿਊਜ਼ਿਕ ਡਾਇਰੈਕਟਰ ਬਣ ਜਾਣਾ, ਮੇਰਾ ਬਿਲਕੁਲ ਨਹੀਂ ਸੀ ਕਿ ਮੈਂ ਮਿਊਜ਼ਿਕ ਡਾਇਰੈਕਟਰ ਬਣੂੰਗਾ। ਪਰ ਸਿੰਗਿੰਗ ਸੀਗੀ, ਸਿੰਗਰ ਸੀਗਾ। ਮੈਂ ਗਿਟਾਰ ਵਜਾਉਂਦਾ ਸੀ ਸ਼ੁਰੂ ਤੋਂ, ਅਤੇ ਗਿਟਾਰ ਦਾ ਮੈਨੂੰ ਬਹੁਤ ਸ਼ੌਂਕ ਸੀਗਾ, ਅਤੇ ਉਹਦੇ ਨਾਲ ਹੀ ਗਾਉਣਾ ਮੈਂ, ਅਤੇ ਫਿਰ ਮਿਊਜ਼ਿਕ ਵਿੱਚ ਕਨਵਰਟ ਕਦੋਂ ਹੋ ਗਿਆ ਮੈਂ ਉਹ ਪਤਾ ਨਹੀਂ ਚੱਲਿਆ, ਪਤਾ ਨਹੀਂ ਚੱਲਿਆ। ਅਤੇ ਫਿਰ ਕੁਛ ਟਰੈਕਸ ਬਣਾਏ ਹੋਏ ਸੀਗੇ, ਫਿਰ ਦੋਸਤਾਂ ਨੂੰ ਸੁਣਾਇਆ, ਉਹ ਕਹਿੰਦੇ ਤੂੰ ਤਾਂ ਮਿਊਜ਼ਿਕ ਵਧੀਆ ਕਰਦਾ, ਤੂੰ ਮਿਊਜ਼ਿਕ ਕਰਿਆ ਕਰ, ਨਾਲ ਪੈਸੇ ਕਮਾ, ਫਿਰ ਪੈਸੇ ਕਮਾ ਕੇ ਆਪਣੇ 'ਤੇ ਲਾਈ। ਅੱਛਾ। ਫਿਰ ਮੈਂ ਚੰਡੀਗੜ੍ਹ ਆਇਆ, ਫਿਰ ਮੈਨੂੰ ਜਸ਼ਨ ਭਾਅ ਜੀ ਮਿਲੇ, ਜਸ਼ਨ ਭਾਅ ਜੀ ਤੋਂ ਮੈਨੂੰ ਉਮੇਸ਼ ਭਾਅ ਜੀ ਮਿਲੇ, ਓਕੇ, ਆਪਾਂ ਨਿੰਜੇ ਭਾਅ ਦਾ ਗਾਣਾ ਬਣਾਇਆ ਪਹਿਲਾਂ। ਪਹਿਲਾ ਗਾਣਾ ਕਿਹੜਾ ਸੀਗਾ? ਠੋਕਦਾ ਰਿਹਾ ਮੇਰਾ ਪਹਿਲਾ ਬੀਟ ਸੌਂਗ ਸੀ। ਉਸ ਤੋਂ ਪਹਿਲਾਂ ਮੈਂ ਤਾਂ ਰੋਮਾਂਟਿਕ ਸੌਂਗ ਗਾਉਣ ਵਾਲਾ ਮੁੰਡਾ, ਅਤੇ ਉੱਦਾਂ ਦੀ ਸੋਚ ਸੀ ਮੇਰੀ, ਅਤੇ ਫਿਰ ਵੀ ਮੈਂ ਬੀਟ ਸੌਂਗ ਬਣਾਇਆ ਇੱਕ, ਰੱਬ ਦੀ ਦਇਆ ਨਾਲ ਉਹ ਬਹੁਤ ਕਿਰਪਾ ਨਾਲ ਉਹ ਬਹੁਤ ਵਧੀਆ ਗਿਆ। ਉਸ ਤੋਂ ਬਾਅਦ ਆਦਤ ਗਾਣਾ ਕੀਤਾ, ਉਸ ਤੋਂ ਬਾਅਦ ਉਹ ਕਿਉਂ ਨਹੀਂ ਜਾਣ ਸਕੇ, ਬਹੁਤ ਸਾਰੇ ਗਾਣੇ ਚੱਲਦੇ ਰਹੇ। ਫਿਰ ਬਿਲਕੁਲ ਜੀ, ਇੱਕ ਸਬੱਬ ਬਣਿਆ ਰਿਹਾ, ਅਤੇ ਇੱਕ ਬਹੁਤ ਵੱਡੇ ਵੱਡੇ ਗੀਤ ਤੁਸੀਂ ਦਿੱਤੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਕਿਉਂਕਿ ਇੱਕ ਠੋਕਦਾ ਰਿਹਾ ਤੋਂ ਸ਼ੁਰੂਆਤ ਹੋਈ ਸੀ, ਅਤੇ ਭਾਅ ਜੀ ਇਹ ਗਾਣਾ ਹੋ ਜੇ ਠੋਕਦਾ ਰਿਹਾ ਗਾਣਾ, ਹਾਂ ਕਿਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ, ਗੱਲ ਮੇਰੀ ਚੁਬੂਗੀ ਜ਼ਰਾ ਸੁਣ ਕੇ ਤਾਂ ਜਾ, ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ, ਦੁੱਖ ਤੇਰੇ ਸਾਰੇ ਰੱਖ ਲੈਣੇ ਵੀ ਤੇਰੇ ਹਾਸੇ ਨਹੀਂ ਰੱਖਣੇ, ਨਿਰਮਾਣ ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ, ਨਾ ਤੇਰੇ ਲਈ ਜ਼ਰੂਰੀ ਰਹਿ ਗਈਆਂ, ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ। ਕੀ ਬਾਤ ਹੈ ਜੀ, ਹੁਣ ਸਾਨੂੰ ਇੱਕ ਹੋਰ ਆਦਤ ਪਈ ਹੋਈ ਹੈ, ਉਹ ਆਦਤ ਸਾਨੂੰ ਪਈ ਹੋਈ ਹੈ ਸ਼ੋਅ ਦੇ ਵਿੱਚ ਬ੍ਰੇਕ ਲੈਣ ਦੀ, ਠੀਕ ਹੈ ਜੀ। ਸੋ ਦੋਸਤੋ, ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰ ਰਿਹਾ ਜੀ PTC ਸਪੋਟਲਾਈਟ ਦੇ ਵਿੱਚ। ਗੱਲਬਾਤ ਕਰ ਰਿਹਾ ਜੀ ਗੋਲਡ ਬੋਏ ਦੇ ਨਾਲ। ਗੋਲਡ ਬੋਏ, ਤੁਸੀਂ ਆਪਣੇ ਕਰੀਅਰ ਦੇ ਬਾਰੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਹਾਡੀ ਸ਼ੁਰੂਆਤ ਹੋਈ, ਤੁਸੀਂ ਸਿੰਗਰ ਬਣਨਾ ਚਾਹੁੰਦੇ ਸੀ ਪਰ ਮਿਊਜ਼ਿਕ ਡਾਇਰੈਕਟਰ ਤੁਸੀਂ ਹੁਣ ਬਹੁਤ ਮਤਲਬ ਨਾਮ ਕਮਾ ਲਿਆ ਇੰਡਸਟਰੀ ਦੇ ਵਿੱਚ, ਅਤੇ ਆਦਤ ਗੀਤ ਤੁਸੀਂ ਸੁਣਾਇਆ ਸਾਨੂੰ, ਆਦਤ ਨੂੰ ਤੁਸੀਂ ਮਿਊਜ਼ਿਕ ਦਿੱਤਾ, ਹੋਰ ਵੀ ਬਥੇਰੇ ਗਾਣੇ ਨੇ ਜਿਨ੍ਹਾਂ ਨੂੰ ਤੁਸੀਂ ਮਿਊਜ਼ਿਕ ਦਿੱਤਾ, ਪਰ ਜੇ ਮੈਂ ਗੱਲ ਕਰਾਂ ਹੋਰ ਸਿੰਗਰਸ ਦੀ, ਤੁਸੀਂ ਨਿੰਜਾ ਭਾਜੀ ਦਾ ਜ਼ਿਕਰ ਕੀਤਾ, ਹੋਰ ਸਿੰਗਰਸ ਦੀ ਗੱਲ ਕਰਾਂ ਤਾਂ ਕਿਹੜੇ ਕਿਹੜੇ ਸਿੰਗਰਸ ਨੇ ਜਿਨ੍ਹਾਂ ਨੂੰ ਤੁਸੀਂ ਮਿਊਜ਼ਿਕ ਦਿੱਤਾ, ਉਹਨਾਂ ਦੇ ਟਰੈਕਸ ਨੂੰ ਮਿਊਜ਼ਿਕ ਦਿੱਤਾ? ਅੰਬਰ ਵਿਸ਼ਿਸ਼ਟ, ਅੱਛਾ ਜੀ, ਉਹਨਾਂ ਦਾ ਗਾਣਾ ਆਇਆ ਸੀਗਾ ਅੱਖੀਆਂ ਨੂੰ ਅੱਖੀਆਂ 'ਚ ਰਹਿ, ਮੂਵੀ 'ਚ ਗਾਣਾ ਆਇਆ ਸੀ ਉਹਨਾਂ ਦਾ, ਗਾਣਾ ਹੁਣੀ ਕੀਤਾ ਸੀਗਾ ਜੇ ਤੂੰ ਨਾ ਮਿਲਿਆ ਮੈਨੂੰ ਐਸੇ, ਪਰ ਹੋਰ ਇੰਦਰ ਚਾਹਲ, ਅੱਛਾ, ਕਰਨ ਸੈਂਬੀ, ਅੱਛਾ, ਐਂਡ ਜੱਸੀ ਭਾਅ ਜੀ ਹੁਣੀ, ਜੱਸੀ ਗਿੱਲ ਭਾਅ ਜੀ ਦਾ ਹੁਣੀ ਲੇਟੈਸਟ ਟਰੈਕ ਕੀਤਾ ਦਿਲ ਟੁੱਟਦਾ, ਅੱਛਾ, ਅਤੇ ਉਹ ਰਿਲੀਜ਼ ਹੋ ਜਾਣਾ ਜਲਦੀ, ਅਤੇ
ਹੋਰ ਕਾਫੀ ਨਵੇਂ ਕਮਲ ਭਾਜੀ ਦਾ ਵੀ ਤੁਸੀਂ, ਹਾਂਜੀ ਕਮਲ ਭਾਜੀ, ਕਮਲ ਭਾਜੀ ਨਾਲ ਵੀ ਮੌਕਾ ਮਿਲਿਆ, ਉਹਨਾਂ ਨਾਲ ਵੀ ਕੰਮ ਕਰਨ ਦਾ, ਬਹੁਤ ਸੁਰੀਲੇ ਹੈਗੇ ਨੇ ਅਤੇ ਉਹਨਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਛ ਮਿਲਿਆ ਅਤੇ ਕੰਮ ਕੀਤਾ, ਉਹਨਾਂ ਦੋ ਗਾਣੇ ਕੀਤੇ ਉਹਨਾਂ ਦੇ, ਹੋਰ ਵੀ ਕਰ ਰਹੇ ਹਾਂ ਅਤੇ ਹੌਲੀ ਹੌਲੀ ਬਸ ਸਭ ਨਾਲ ਮੈਂ ਕਹਿੰਦਾ ਕਿ ਜਿਹੜੇ ਅੱਛੀ ਵੋਇਸਿਸ ਆ ਉਹ ਆਉਣ ਅਤੇ ਮੈਂ ਉਹਨਾਂ ਦੇ ਗਾਣੇ ਬਣਾਵਾਂ ਵਧੀਆ ਸੋਹਣੇ ਸੋਹਣੇ। ਕਿਆ ਬਾਤ ਹੈ, ਹਾਂਜੀ। ਅਤੇ ਹੁਣ ਤੱਕ ਕਿੰਨੇ ਕੁ ਟਰੈਕ, ਕਿੰਨੇ ਕੁ ਗੀਤ ਨੇ ਜਿਨ੍ਹਾਂ ਨੂੰ ਤੁਸੀਂ ਮਿਊਜ਼ਿਕ ਦੇ ਚੁੱਕੇ ਹੋ? ਅਪਰੋਕਸ ਆਈ ਥਿੰਕ 70-80 ਤਾਂ ਹੋ ਹੀ ਗਏ ਨੇ। ਕਿਆ ਬਾਤ ਹੈ, ਚੱਕਦੇ ਹੋ, ਸਹੀ ਹੈ, ਇੰਨੇ ਤਾਂ ਹੋ ਗਏ ਨੇ। 70-80 ਗਾਣੇ ਉਹਨਾਂ ਨੂੰ ਤੁਸੀਂ ਮਿਊਜ਼ਿਕ ਦੇ ਦਿੱਤਾ, ਅਤੇ ਉਹਨਾਂ ਦੇ ਵਿੱਚੋਂ, ਵੈਸੇ ਬੜਾ ਮੁਸ਼ਕਿਲ ਸਵਾਲ ਹੈ, ਉਹਨਾਂ ਦੇ ਵਿੱਚ ਸਭ ਤੋਂ ਫੇਵਰੇਟ ਗੀਤ ਕਿਹੜਾ ਤੁਹਾਡਾ? ਮੇਰੇ ਸਾਰੇ ਫੇਵਰੇਟ ਨੇ, ਪਰ ਫਿਰ ਵੀ ਇੱਕ ਮੇਰਾ ਜੋ ਬੈਸਟ ਮੈਨੂੰ ਲੱਗਦਾ ਹੈ ਮੇਰਾ, ਉਹ ਗਾਣੇ ਦੇ ਵਿੱਚ ਮਤਲਬ ਕੁਛ ਹੈ ਜੋ ਮੈਨੂੰ ਮਤਲਬ ਉਹ ਖਿੱਚਦਾ ਆਪਣੇ ਵੱਲ ਨੂੰ, ਉਹ ਕਿਉਂ ਨਹੀਂ ਜਾਣ ਸਕੇ, ਉਹ ਕਿਉਂ ਨਹੀਂ ਜਾਣ ਸਕੇ। ਹਾਂਜੀ, ਇਹ ਭਾਅ ਜੀ ਕੋਈ ਰੀਜ਼ਨ ਸੀਗਾ, ਕੋਈ ਜ਼ਿੰਦਗੀ ਨਾਲ ਇਹੋ ਜਿਹੀ ਘਟਨਾ ਵਾਪਰੀ ਹੈ ਤੁਹਾਡੀ? ਨਹੀਂ ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ, ਅਤੇ ਗਾਣਾ ਇਹਦਾ ਜਿੱਦਾਂ ਕੰਪੋਜੀਸ਼ਨ, ਬੋਲ ਬੜੇ ਅੱਛੇ ਨੇ, ਕੰਪੋਜੀਸ਼ਨ ਥੋੜ੍ਹੀ ਜਿੱਦਾਂ ਮੇਰੇ ਲੱਗਦੀ ਹੈ, ਦਿਲ ਨੂੰ ਲੱਗਦੀ ਹੈ ਅਤੇ ਬਹੁਤ ਸੋਹਣੀ ਲੱਗਦੀ ਹੈ। ਅਤੇ ਮੇਰੇ ਖਿਆਲ ਨਾਲ ਉਦੋਂ ਵੀ ਮਜ਼ਾ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਰੂਹ ਗਾਣੇ ਨਾਲ ਜੁੜ ਜਾਂਦੀ, ਹਾਂਜੀ ਹਾਂਜੀ, ਅਤੇ ਉਦੋਂ ਇੱਕ ਅੱਛੀ ਚੀਜ਼ ਨਿਕਲ ਕੇ ਬਾਹਰ ਆਉਂਦੀ, ਹਾਂਜੀ ਹਾਂਜੀ, ਇਸੇ ਕਰਕੇ ਉਸ ਗੀਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ, ਬਹੁਤ ਮਤਲਬ ਫੇਵਰੇਟ ਗੀਤ ਰਿਹਾ ਲੋਕਾਂ ਦਾ, ਹਲੇ ਵੀ ਲੋਕ ਉਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ। ਪਰ ਚਾਹਤਾਂ ਦੇ ਬਾਰੇ ਆਪਾਂ ਗੱਲ ਕਰਦੇ, ਤੁਹਾਡਾ ਡੈਬਿਊ ਟਰੈਕ ਚਾਹਤਾਂ ਆਇਆ, ਹਾਂਜੀ, ਜੋ ਤੁਹਾਡਾ ਸ਼ੁਰੂ ਤੋਂ ਏਮ ਸੀਗਾ ਸਿੰਗਿੰਗ ਦਾ, ਹਾਂਜੀ, ਚਾਹਤਾਂ ਗੀਤ ਤੁਸੀਂ ਲੈ ਕੇ ਆਏ, ਡੈਬਿਊ ਟਰੈਕ ਲੈ ਕੇ ਆਏ, ਉਸ ਦਾ ਸਬੱਬ ਕਿਸ ਤਰ੍ਹਾਂ ਬਣਿਆ? ਮੈਂ ਤਾਂ ਜੋ ਉਹਦਾ ਮਿਊਜ਼ਿਕ ਕਰਦਾ ਸੀ ਉਦੋਂ ਤੋਂ ਹੀ ਡੈਬਿਊ ਟਰੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅੱਛਾ, ਸਾਰੇ ਗਾਣੇ ਲੱਭਦਾ ਸੀਗਾ, ਆਦਤ ਗਾਣੇ, ਨਿਰਮਾਣ ਮਿਲਿਆ, ਨਿਰਮਾਣ ਦੇ ਨਾਲ ਗਾਣਾ ਬਣਾਇਆ, ਫੋਟੋ, ਆਦਤ, ਹੋਰ ਵੀ ਗਾਣੇ, ਅਤੇ ਪਹਿਲਾਂ ਸੋਚਿਆ ਕਿ ਆਦਤ ਨੂੰ ਪਹਿਲਾਂ ਆਪਣਾ ਡੈਬਿਊ ਕਰ ਲਵਾਂ, ਪਰ ਮੈਂ ਕਹਿੰਦਾ ਸੌਂਗ ਖੁਦ ਆਪਣੇ ਆਪ ਨੂੰ ਲੈ ਕੇ ਮੈਂ ਕਿਹਦਾ ਹਾਂ, ਫਿਰ ਨਿੰਜੇ ਭਾਈ ਨੇ ਗਾਇਆ, ਫਿਰ ਫੋਟੋ ਗਾਣਾ ਕਰਨ ਸੈਂਬੀ ਨੇ ਗਾਇਆ, ਫਿਰ ਉਹਦੇ ਨਾਲ ਮੇਰਾ ਐਜ਼ ਆ ਮਿਊਜ਼ਿਕ ਡਾਇਰੈਕਟਰ ਕਰੀਅਰ ਮੇਰਾ ਮਤਲਬ ਲੋਕਾਂ ਨੂੰ ਪਤਾ ਲੱਗਾ ਕਿ ਇਹ ਇੱਦਾਂ ਦੇ ਗਾਣੇ ਵੀ ਬਣਾਉਂਦਾ, ਇਕੱਲਾ ਠੋਕਦਾ ਰਿਹਾ ਵਰਗਾ ਗਾਣਾ ਨਹੀਂ ਬਣਾਉਂਦਾ, ਅਤੇ ਫਿਰ ਮੈਂ ਉਹ ਗਾਣਾ ਬਣਾਇਆ। ਫਿਰ ਉਸ ਤੋਂ ਬਾਅਦ ਮੈਂ ਉਹਨੂੰ ਉਹਨੂੰ ਕਿਹਾ ਕਿ ਨਿਰਮਾਣ ਨੂੰ ਕਿ ਮੈਂ ਕਿਹਾ ਮੇਰੇ ਲਈ ਇੱਦਾਂ ਦਾ ਗਾਣਾ ਲਿਖ ਜਿਹੜਾ ਹੈ ਨਾ ਕਿ ਜੋ ਮੇਰੇ ਲਈ ਬਣਿਆ ਹੋਵੇ, ਜੋ ਮੇਰੀ ਆਵਾਜ਼ ਨੂੰ ਸੂਟ ਕਰੇ, ਅਤੇ ਉਹਨੇ ਬੜੀ ਮਿਹਨਤ ਨਾਲ ਗਾਣਾ ਲਿਖਿਆ ਚਾਹਤਾਂ, ਅਤੇ ਕਹਿੰਦਾ ਕਿ ਗੋਲਡੀ ਤੂੰ ਆ ਗਾ, ਅਤੇ ਉਹ ਖੁਦ ਕੰਪੋਜ਼ ਕੀਤਾ ਉਹਨੇ, ਉਹ ਕੰਪੋਜ਼ ਬਹੁਤ ਸੋਹਣਾ ਕਰਦਾ, ਆਦਤ ਵੀ ਉਹਨੇ ਕੰਪੋਜ਼ ਕੀਤਾ ਸੀਗਾ, ਅਤੇ ਉਹਦੇ ਲਿਖਣ ਦਾ ਮਤਲਬ ਅੰਦਾਜ਼ ਹੀ ਉਹ ਕੰਪੋਜ਼ ਕਰਕੇ ਲਿਖਦਾ, ਉਹਨੂੰ ਮਿਊਜ਼ਿਕ ਚਾਹੀਦਾ ਆ, ਉਹਨੂੰ ਨਾਲ ਗਿਟਾਰ ਤੁਸੀਂ ਵਜਾਉਂਦੇ ਹੋਵੋਗੇ ਤਾਂ ਗਾਣਾ ਲਿਖ ਦੂਗਾ। ਅੱਛਾ ਜੀ, ਇੱਦਾਂ ਨਹੀਂ ਕਿ ਬੈਠ ਕੇ ਇਕੱਲਾ ਗਾਣਾ ਲਿਖਦਾ ਪਿਆ, ਇੱਦਾਂ ਨਹੀਂ, ਮਿਊਜ਼ਿਕ ਮਿਊਜ਼ਿਕ ਅਲਾ ਬਹੁਤ ਉਹ ਨਿਰਮਾਣ। ਅੱਛਾ, ਅਤੇ ਫਿਰ ਉਹਦੇ ਨਾਲ ਬਹਿ ਕੇ ਗਾਣਾ ਬਣਾਇਆ ਚਾਹਤਾ, ਤੋ ਵਧੀਆ ਬਣ ਗਿਆ। ਕਿਆ ਬਾਤ ਹੈ ਜੀ, ਹਾਂਜੀ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਨਾਲੇ ਇਹ ਗੀਤ ਪੀਡੀਸੀ ਪੰਜਾਬੀ ਮਿਊਜ਼ਿਕ ਅਵਾਰਡਸ ਦੇ ਵਿੱਚ ਨੋਮੀਨੇਟ ਵੀ ਹੋਇਆ ਸੀਗਾ, ਬੈਸਟ ਡੈਬਿਊ ਸੌਂਗ ਦੇ ਵਿੱਚ ਹੋਇਆ ਸੀ ਨੋਮੀਨੇਟ, ਸੋ ਵਾਕਈ ਬਹੁਤ ਵਧੀਆ ਟਰੈਕ ਇਹ ਚੱਲਿਆ। ਪਰ ਨਿਰਮਾਣ ਦਾ ਜਿਹੜਾ ਲਿਖਿਆ ਹੋਇਆ ਗੀਤ ਹੈ, ਉਸ ਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਮਿਊਜ਼ਿਕ ਦਿੱਤੇ ਆਲਰੇਡੀ 3-4 ਗਾਣੇ ਤੁਸੀਂ ਉਹਨਾਂ ਦੇ ਲਿਖੇ ਹੋਏ ਗੀਤ ਨੂੰ ਮਿਊਜ਼ਿਕ ਦਿੱਤਾ, ਪਰ ਆਪਣੇ ਵੇਲੇ ਕੀ ਦਿਮਾਗ ਦੇ ਵਿੱਚ ਸੋਚ ਸੀ ਕਿ ਇਹ ਮੇਰਾ ਗੀਤ ਹੈ, ਇਸ ਨੂੰ ਉਸ ਤਰ੍ਹਾਂ ਮਿਊਜ਼ਿਕ ਦੇਣਾ, ਜਾਂ ਫਿਰ ਨਿਰਮਾਣ ਦਾ ਗੀਤ ਹੈ ਉਸ ਤਰ੍ਹਾਂ ਮੈਂ ਮਿਊਜ਼ਿਕ ਦੇਣਾ? ਨਹੀਂ, ਮੈਨੂੰ ਜਦੋਂ ਮੈਂ ਮਿਊਜ਼ਿਕ ਬਣਾਉਂਦਾ ਮੈਨੂੰ ਇਹ ਨਹੀਂ ਪਤਾ ਹੁੰਦਾ ਇਹ ਗਾਣਾ, ਮਤਲਬ ਉਦੋਂ ਮੈਂ ਇਹ ਨਹੀਂ ਸੋਚਦਾ ਕਿ ਗਾਣਾ ਮੇਰਾ ਆ ਜਾਂ ਕਿਸੇ ਦਾ ਆ ਜਾਂ ਨਿਰਮਾਣ, ਹੈ ਨਾ। ਨਿਰਮਾਣ ਦੇ ਨਾਲ ਮੈਨੂੰ ਇਹ ਬੈਨੀਫਿਟ ਹੁੰਦਾ ਕਿ ਉਹ ਬਣੀ ਬਣਾਈ ਲੈ ਕੇ ਆਉਂਦਾ, ਉਹਨੂੰ ਮੈਂ ਥੋੜ੍ਹਾ ਜਿਹਾ ਐਡਿਟ ਕਰ ਦਿੰਦਾ, ਇੱਥੋਂ ਇੱਦਾਂ ਕਰ ਲੈਂਦੇ ਹਾਂ, ਇੱਥੋਂ ਇੱਦਾਂ ਕਰ ਲੈਂਦੇ ਹਾਂ, ਉਹ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਕਿ ਉਹ ਕੰਪੋਜ਼ ਕਰਕੇ ਲਿਖਦਾ ਆ, ਅਤੇ ਜਿੱਥੇ ਉਹਨੂੰ ਨਹੀਂ ਸੋਚਦਾ ਕਿ ਯਾਰ ਮੈਨੂੰ ਇੱਥੋਂ ਪਤਾ ਨਹੀਂ ਲੱਗ ਰਿਹਾ, ਅਤੇ ਤੂੰ ਆਪ ਕਰ ਲੈ, ਹੈ ਨਾ, ਅਤੇ ਫਿਰ ਮੈਂ ਉੱਥੋਂ ਆਪ ਵੀ ਕਰ ਲੈਂਦਾ, ਅਤੇ ਗਾਣੇ ਫਿਰ ਗਾਣਾ ਜਿੱਦਾਂ ਦਾ ਮੂਡ ਹੁੰਦਾ ਆ ਉਸ ਹਿਸਾਬ ਨਾਲ ਮੈਨੂੰ ਉਹਨੂੰ ਮੈਂ ਮਿਊਜ਼ਿਕ ਕਰ ਦਿੰਦਾ, ਅਤੇ ਜਿੱਦਾਂ ਜੇ ਅੱਛਾ ਬਣ ਜਾਂਦਾ ਤਾਂ ਫਿਰ ਉਹ ਰੱਖ ਲੈਂਦਾ, ਨਹੀਂ ਤਾਂ ਦੁਬਾਰਾ ਕਰ ਦਿੰਦਾ ਉਹਦਾ ਮਿਊਜ਼ਿਕ, ਜਦ ਤੱਕ ਅੱਛਾ ਨਹੀਂ ਬਣ ਜਾਂਦਾ, ਖੁਦ ਨੂੰ ਪਸੰਦ ਨਹੀਂ ਆਉਂਦਾ, ਤਦ ਤੱਕ ਮੈਂ ਲੱਗੇ ਰਹਿੰਦਾ ਫਿਰ ਮਿਊਜ਼ਿਕ। ਨਾਲੇ ਵੀਡੀਓ ਦਾ ਜਿਹੜਾ ਕਨਸੈਪਟ ਹੈ ਉਸ ਦੇ ਵਿੱਚ ਵੀ ਤੁਹਾਨੂੰ ਐਕਟ ਕਰਨਾ ਪੈਂਦਾ? ਹਾਂਜੀ ਹਾਂਜੀ, ਵੈਸੇ ਤੁਸੀਂ ਬੜੇ ਸ਼ਾਈ ਨੇਚਰ ਦੇ ਹੈਗੇ, ਹਾਂਜੀ, ਅਤੇ ਉਦੋਂ ਫਿਰ ਪ੍ਰੋਬਲਮ ਨਹੀਂ ਆਈ ਉਹਦੇ ਵਿੱਚ ਐਕਟ ਕਰਨ ਲੱਗੇ? ਤਿਆਰੀ ਕੀਤੀ ਸੀ ਪੂਰੀ, ਤਿਆਰੀ ਪੂਰੀ ਕੀਤੀ ਸੀਗੀ। ਉਹ ਜਿਹੜਾ ਰੋਣ ਦਾ ਸੀਗਾ, ਕਹਿੰਦੇ ਤੂੰ ਰੋਣਾ ਆ, ਅਤੇ ਮੈਂ ਵੈਸੇ ਘਰ ਜਿੱਦਾਂ ਮਜ਼ਾਕੀਆ ਨੇਚਰ ਹੋ ਗਿਆ, ਸੀਰੀਅਸ ਘੱਟ ਹੋਣਾ, ਹੈ ਨਾ, ਅਤੇ ਕਹਿੰਦੇ ਰੋਣਾ ਆ ਤੂੰ, ਫਿਰ ਉਹ ਰਾਹੁਲ ਦੱਤਾ ਨੇ ਮੈਨੂੰ ਬਹੁਤ ਮਿਹਨਤ ਕਰਾਈ, ਉਹਨੇ ਕਹਿੰਦਾ ਕਿ ਤੂੰ ਚੱਲ ਮੇਰੇ ਸਾਹਮਣੇ ਰੋ ਕੇ ਦਿਖਾ। ਮੈਂ ਕਿੰਨੀ ਘੰਟਾ ਰੋਣਾ ਆ ਹੀ ਨਹੀਂ ਰਿਹਾ, ਮੈਂ ਕਿਹਾ ਮੈਂ ਕਿੱਦਾਂ ਰੋਵਾਂ, ਅਤੇ ਮੈਂ ਕਿਹਾ ਜਦੋਂ ਸ਼ੂਟ ਹੋਊਗਾ ਬਸ ਤੁਸੀਂ ਮੇਰੇ ਅੱਖਾਂ 'ਚ ਕ੍ਰਿਸਲੀਨ ਪਾ ਦਿਓ, ਮੈਂ ਆਪੇ ਲਾਉਂਗਾ। ਅਤੇ ਫਿਰ ਉਹ ਮਤਲਬ ਫਿਰ ਆਪੇ ਹੀ ਮੈਂ ਫਿਰ
ਹੋ ਗਿਆ ਟਲ ਗਿਆ ਹਾਂ ਫਿਰ ਪਤਾ ਹੀ ਜ਼ਿੰਮੇਵਾਰੀ ਹੈਗੀ ਜੇ ਨਾ ਸ਼ਾਟ ਦਿੱਤਾ ਤੇ ਵੀਡੀਓ ਖਰਾਬ ਹੋ ਜਾਊਗੀ ਪਰ ਲੋਕਾਂ ਦਾ ਕੀ ਵਿਊ ਹੈ ਕਿ ਅੱਗੇ ਹੁਣ ਗੋਲਡ ਬੋਏ ਨੂੰ ਐਜ਼ ਅ ਸਿੰਗਰ ਦੇਖਣਾ ਚਾਹੁੰਦੇ ਨੇ ਲੋਕੀ ਜਾਂ ਫਿਰ ਐਜ਼ ਅ ਮਿਊਜ਼ਿਕ ਡਾਇਰੈਕਟਰ ਦੇਖਣਾ ਚਾਹੁੰਦੇ ਨੇ ਮੈਂ ਕੀ ਡਿਮਾਂਡ ਹੈ ਕਿ ਮਿਊਜ਼ਿਕ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆਈ ਹੋਣੀ ਹੋਰ ਸਿੰਗਰਸ ਤੋਂ ਵੀ ਕਿ ਮੇਰਾ ਮਿਊਜ਼ਿਕ ਗੋਲਡ ਬੋਏ ਕਰਦੇ ਮੇਰਾ ਮਿਊਜ਼ਿਕ ਗੋਲਡ ਬੋਏ ਕਰਦੇ ਇਸ ਦੇ ਬਾਰੇ ਸਾਨੂੰ ਦੱਸੋ ਮੈਂ ਤਾਂ ਕਹੂੰਗਾ ਕਿ ਉਹ ਮੇਰਾ ਮਿਊਜ਼ਿਕ ਵੀ ਸੁਣ ਮੇਰੇ ਗਾਣੇ ਵੀ ਸੁਣ ਅਤੇ ਹੁਣ ਮੇਰਾ ਜਲਦੀ ਗਾਣਾ ਬ੍ਰੇਕਅਪ ਗਾਣਾ ਆ ਰਿਹਾ ਆ ਅੱਛਾ ਅਤੇ ਉਹ ਵੀ ਸੁਣਨ ਅਤੇ ਪਰ ਮਿਊਜ਼ਿਕ ਜਿਹਾ ਬਣਾ ਕੇ ਰੱਖਣ ਪਰ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਵੀ ਬਹੁਤ ਵੱਡਾ ਕੰਮ ਹੈ ਹਾਂਜੀ ਇਸ ਦੇ ਬਾਰੇ ਮੈਂ ਹੋਰ ਗੱਲਾਂ ਕਰੂੰਗਾ ਜੋ ਕਿ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ ਕਿਉਂਕਿ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਜਿਸ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਆਲਰੇਡੀ ਇੱਕ ਗੀਤ ਚੱਲ ਰਿਹਾ ਹਵਾ ਦੇ ਵਰਖਿਆਂ 'ਤੇ ਇਸ ਗੀਤ ਦੇ ਬਾਰੇ ਗੱਲ ਕਰਾਂਗੇ ਮਿਊਜ਼ਿਕ ਦਿੱਤਾ ਗੋਲਡ ਬੋਏ ਨੇ ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਪੀ ਟੀ ਸੀ ਸਪੋਟਲਾਈਟ ਦੇ ਵਿੱਚ ਗੱਲਬਾਤ ਚੱਲ ਰਹੀ ਜੀ ਗੋਲਡ ਬੋਏ ਦੇ ਨਾਲ ਗੋਲਡ ਬੋਏ ਜਿਹੜਾ ਗਾਣਾ ਚੱਲ ਰਿਹਾ ਹਵਾ 'ਤੇ ਵਰਖਿਆਂ 'ਤੇ ਚੰਨਾ ਮੇਰਿਆ ਮੂਵੀ ਦਾ ਗਾਣਾ ਨਿੰਜਾ ਭਾਜੀ ਦਾ ਇਹ ਗਾਇਆ ਹੋਇਆ ਗੀਤ ਆ ਇਹ ਵਾਕਈ ਯਾਰ ਬੜਾ ਕਮਾਲ ਦਾ ਗੀਤ ਹੈ ਥੈਂਕ ਯੂ ਬਹੁਤ ਵਧੀਆ ਮਿਊਜ਼ਿਕ ਦਿੱਤਾ ਇਹ ਮਿਊਜ਼ਿਕ ਦੇ ਵਿੱਚ ਤੁਸੀਂ ਵਾਇਲਨ ਲੈ ਕੇ ਆਏ ਹੋ ਹੋਰ ਡਿਫਰੈਂਟ ਜਿਹਾ ਮਿਊਜ਼ਿਕ ਦੇਣ ਦੀ ਕੋਸ਼ਿਸ਼ ਕੀਤੀ ਆ ਹਰ ਗਾਣੇ ਤੋਂ ਡਿਫਰੈਂਟ ਤੁਸੀਂ ਮਿਊਜ਼ਿਕ ਲੈ ਕੇ ਆਉਂਦੇ ਹੋ ਇਸ ਦੇ ਵਿੱਚ ਕੀ ਖਾਸ ਮਿਹਨਤ ਕੀਤੀ ਤੁਸੀਂ ਇਸ ਗੀਤ ਦੇ ਲਈ ਐਕਚੁਅਲੀ ਇਹ ਮੂਵੀ ਸੈਰ ਆਰਟ ਦਾ ਰੀਮਿਕਸ ਸੀਗਾ ਅਤੇ ਉਹਨਾਂ ਦਾ ਮਿਊਜ਼ਿਕ ਕੀਤਾ ਅਜੇ ਅਤੁਲ ਜੀ ਨੇ ਅਤੇ ਅਜੇ ਅਤੁਲ ਜੀ ਨੇ ਅਤੇ ਉਹਨਾਂ ਨਾਲ ਉਹਨਾਂ ਦਾ ਮਿਊਜ਼ਿਕ ਇੰਨਾ ਜ਼ਿਆਦਾ ਵਧੀਆ ਆ ਕਿ ਕਮਾਲ ਦੇ ਕਮਾਲ ਦੇ ਮਿਊਜ਼ਿਕ ਡਾਇਰੈਕਟਰ ਨੇ ਬਾਲੀਵੁੱਡ ਦੇ ਵਿੱਚ ਕਿਆ ਮਿਊਜ਼ਿਕ ਦਿੰਦੇ ਨੇ ਅਤੇ ਕਿਆ ਉਹ ਗਾਉਂਦੇ ਨੇ ਅਤੇ ਕਮਾਲ ਦੀ ਆਵਾਜ਼ ਹੈ ਹੁਣ ਪੰਕਜ ਜੀ ਨੇ ਕਿਹਾ ਕਿ ਤੂੰ ਥੋੜ੍ਹਾ ਜਿਹਾ ਵੀ ਕੋਸ਼ਿਸ਼ ਕਰਕੇ ਜੇ ਥੋੜ੍ਹਾ ਬਹੁਤ ਵੀ ਤੂੰ ਕੋਲ ਪਹੁੰਚੇ ਤਾਂ ਹੈ ਨਾ ਅਤੇ ਤੈਨੂੰ ਬਹੁਤ ਤੇਰੇ ਲਈ ਬਹੁਤ ਅੱਛਾ ਬੜਾ ਚੈਲੰਜਿੰਗ ਚੈਲੰਜਿੰਗ ਆ ਅਤੇ ਤੂੰ ਕਰ ਅਤੇ ਮੈਂ ਕਾਫੀ ਦਿਨ ਸੋਚਦਾ ਰਿਹਾ ਮੈਂ ਕੀ ਕਰਾਂ ਇੱਦਾਂ ਦਾ ਅਤੇ ਨਵੀਂ ਕੰਬੋਜ ਭਾਈ ਨੇ ਇੱਕ ਗਾਣਾ ਭੇਜਿਆ ਹੋਇਆ ਸੀ ਮੈਨੂੰ ਹਵਾ ਦੇ ਵਰਗੇ ਅਤੇ ਉਹ ਮੈਨੂੰ ਉਹਦਾ ਲਿਰਿਕਸ ਬਹੁਤ ਪਸੰਦ ਆਇਆ ਅਤੇ ਮੈਂ ਕਿਹਾ ਇਹਨੂੰ ਕੰਪੋਜ਼ ਕਰਦਾ ਫਿਰ ਨਿੰਜਾ ਭਾਅ ਜੀ ਬੈਠੇ ਸੀ ਕਹਿੰਦੇ ਅੱਜ ਹੀ ਤੂੰ ਕੁਛ ਨਾ ਕੁਛ ਕਰ ਅਤੇ ਉਸ ਦਿਨ ਕਹਿ ਲਓ ਟਾਈਮ ਐਸਾ ਬੈਠਾ ਕਿ ਇਹਦੀ ਕੰਪੋਜੀਸ਼ਨ ਐਸੀ ਬਣੀ ਕਿ ਸਾਰਿਆਂ ਦੀ ਅੱਖਾਂ 'ਚ ਹੰਝੂ ਸੀਗੇ ਜਿੰਨੇ ਵੀ ਸਟੂਡੀਓ ਦੇ ਵਿੱਚ ਬੈਠੇ ਸੀਗੇ ਕਿ ਅਤੇ ਫਿਰ ਭਾਅ ਜੀ ਨੇ ਕਿਹਾ ਕਿ ਇਹ ਗਾਣਾ ਉਹ ਬਣ ਗਿਆ ਜੋ ਸਾਨੂੰ ਚਾਹੀਦਾ ਸੀ ਜੋ ਇਸ ਮੂਵੀ ਨੂੰ ਚਾਹੀਦਾ ਸੀਗਾ ਤੂੰ ਬਣਾ ਦਿੱਤਾ ਅਤੇ ਹੁਣ ਇਹਦਾ ਮਿਊਜ਼ਿਕ ਜੋ ਕਰਨਾ ਉਹ ਤੂੰ ਦੇਖ ਕਿੱਦਾਂ ਅਰੇਂਜ ਕਰਨਾ ਉਹ ਫਿਰ ਕਿੱਥੇ ਕੀਤਾ ਮਿਊਜ਼ਿਕ ਅਤੇ ਫਿਰ ਵਾਇਲਨ ਨੂੰ ਲਾਈਵ ਐਕਚੁਅਲੀ ਆਰਕੈਸਟਰੀਅਲ ਸਾਰਾ ਸੀਗਾ ਉਹਦਾ ਮਤਲਬ ਉਹਦਾ ਕਾਰਡ ਜਿੱਦਾਂ ਦਾ ਉਹਦਾ ਕਾਰਡ ਚਾਰਟ ਸੀਗਾ ਜਿੱਦਾਂ ਦਾ ਗਾਣਾ ਹੈਗਾ ਹੈ ਜਿਹਨਾਂ ਨੂੰ ਉਹ ਚੈਲੇਂਜਿੰਗ ਮੇਰੇ ਲਈ ਵੀ ਸੀਗਾ ਕਿ ਇਸ ਗਾਣੇ ਨੂੰ ਕਿੱਦਾਂ ਮੈਂ ਬਣਾਵਾਂ ਅਤੇ ਫਿਰ ਮੈਂ ਬੋਂਬੇ ਗਿਆ ਬੋਂਬੇ ਜਾ ਕੇ ਮਿਲਿਆ ਮਿਊਜ਼ੀਸ਼ੀਅਨਸ ਨੂੰ ਉਹਨਾਂ ਨਾਲ ਰਾਏ ਲਈ ਕਿ ਇੱਦਾਂ ਕਰਨਾ ਚਾਹੀਦਾ ਇੱਦਾਂ ਕਰਨਾ ਚਾਹੀਦਾ ਫਿਰ ਉੱਥੇ ਰਿਹਾ ਮੈਂ ਫਿਰ ਉਹਨਾਂ ਨਾਲ ਇਸ ਗਾਣੇ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੇ ਬਜਾਇਆ ਕੰਪੋਜ਼ ਕਾਫੀ ਮਤਲਬ ਮਿਊਜ਼ੀਸ਼ੀਅਨਸ ਜਿੱਦਾਂ ਕਿ ਵਾਇਲਨ 25 ਵਾਇਲਨਸ ਹੈਗੀਆਂ ਨੇ ਸੀਗੀਆਂ ਹਾਂਜੀ ਅਤੇ ਕਾਫੀ ਖਰਚਾ ਵੀ ਹੋਇਆ ਹੋਣਾ ਹਾਂਜੀ ਹਾਂਜੀ ਬਿਲਕੁਲ ਅਤੇ ਇੱਦਾਂ ਦੇ ਮਿਊਜ਼ਿਕਲੀ ਤਾਂ ਕਾਫੀ ਖਰਚਾ ਹੁੰਦਾ ਆ ਫਿਰ ਅਰੇਂਜ ਹੋਇਆ ਸਾਰਾ ਉਹਨੂੰ ਅਤੇ ਫਿਰ ਆਊਟਪੁੱਟ ਨਿਕਲ ਕੇ ਆਈ ਇਸ ਕਰਕੇ ਲੋਕੀ ਮੈਂ ਖੁਦ ਹੈਰਾਨ ਸੀਗਾ ਕਿ ਬਾਅਦ ਚੋਂ ਮੈਂ ਕਿਹਾ ਯਾਰ ਇਹ ਚੀਜ਼ ਮੇਰੇ ਤੋਂ ਬਣ ਗਈ ਇਹ ਚੀਜ਼ ਬਣ ਗਈ ਤਾਂ ਮਤਲਬ ਬਾਕੀ ਉਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆਪਾਂ ਹਰ ਜਗ੍ਹਾ ਉਸ ਗੀਤ ਨੂੰ ਸੁਣ ਰਹੇ ਹਾਂ ਕਮਾਲ ਦਾ ਗੀਤ ਤੁਸੀਂ ਉਸਨੂੰ ਮਤਲਬ ਮਿਊਜ਼ਿਕ ਦਿੱਤਾ ਕਮਾਲ ਦੇ ਗੀਤ ਔਰ ਨਿੰਜਾ ਭਾਅ ਜੀ ਦੀ ਵੀ ਤਾਰੀਫ ਕਰਨਾ ਚਾਹਾਂਗੇ ਜਿਨ੍ਹਾਂ ਨੇ ਇੰਨਾ ਵਧੀਆ ਇਹ ਗੀਤ ਗਾਇਆ ਪਰ ਇਸ ਦੇ ਨਾਲ ਹੀ ਨਾਲ ਜੇ ਆਪਾਂ ਅਵਾਰਡ ਦੀ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਆਪਾਂ ਭੁੱਲ ਸਕਦੇ ਹਾਂ ਗੋਲਡ ਬੋਏ ਨੂੰ ਡੈਬਿਊ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਵੀ ਮਿਲਿਆ ਪੀ ਟੀ ਸੀ ਪੰਜਾਬੀ ਮਿਊਜ਼ਿਕ ਅਵਾਰਡਸ ਦੇ ਵਿੱਚ ਸੋ ਬਹੁਤ ਵੱਡੀ ਗੱਲ ਹੈ ਇਹ ਜਿਹੜਾ ਸਮਾਂ ਸੀਗਾ ਕਿਉਂਕਿ ਤੁਸੀਂ ਵੋਇਸ ਆਫ ਪੰਜਾਬ ਦੇ ਵਿੱਚ ਐਜ਼ ਏ ਕੰਟੈਸਟੈਂਟ ਆਏ ਸੀਗੇ ਹਾਂਜੀ ਹਾਂਜੀ ਬਿਲਕੁਲ ਉਹੀ ਪੀ ਟੀ ਸੀ ਦੇ ਸਟੇਜ ਦੇ ਉੱਤੇ ਤੁਹਾਨੂੰ ਅਵਾਰਡ ਮਿਲ ਰਿਹਾ ਬੈਸਟ ਡੈਬਿਊ ਮਿਊਜ਼ਿਕ ਡਾਇਰੈਕਟਰ ਦਾ ਭਾਅ ਜੀ ਮੈਂ ਤਾਂ ਮੈਨੂੰ ਤਾਂ ਬਿਲਕੁਲ ਐਕਸਪੈਕਟੇਸ਼ਨ ਨਹੀਂ ਸੀਗੀਆਂ ਬਿਲਕੁਲ ਮੈਂ ਐਕਸਪੈਕਟ ਹੀ ਨਹੀਂ ਕੀਤਾ ਸੀਗਾ ਕਿ ਮੈਨੂੰ ਅਵਾਰਡ ਮਿਲੇਗਾ ਕਿਉਂਕਿ ਇੰਨੇ ਵਧੀਆ ਵਧੀਆ ਮਿਊਜ਼ਿਕ ਡਾਇਰੈਕਟਰ ਇੰਡਸਟਰੀ ਦੇ ਵਿੱਚ ਹੈਗੇ ਨੇ ਅਤੇ ਮੈਂ ਤਾਂ ਪਿੱਛੇ ਬੈਠਾ ਸੀਗਾ ਮੈਂ ਤਾਂ ਸੋਚਦਾ ਸੀ ਮੈਨੂੰ ਕਦੀ ਸਕੂਲ 'ਚ ਪ੍ਰਾਈਜ਼ ਨਹੀਂ ਮਿਲਿਆ ਮੈਨੂੰ ਕਿਸੇ ਅਵਾਰਡ ਮਿਲ ਜਾਣਾ ਅਤੇ ਮੈਨੂੰ ਬਿਲਕੁਲ ਬਿਲਕੁਲ ਵੀ ਨਹੀਂ ਅੰਦਾਜ਼ਾ ਵੀ ਨਹੀਂ ਸੀਗਾ ਕਿ ਮੈਨੂੰ ਮਿਲ ਜਾਏਗਾ ਅਤੇ ਫਿਰ ਜਦੋਂ ਮੇਰਾ ਨਾਮ ਉਹਨਾਂ ਨੇ ਲਿਆ ਪਹਿਲਾਂ ਤਾਂ ਉਹਨਾਂ ਨੇ ਗਲਤ ਨਾਮ ਲੈ ਹੋ ਗਿਆ ਸੀ ਉਹਨਾਂ ਕੋਲ ਫਿਰ ਮੈਂ ਕਿਹਾ ਯਾਰ ਗੋਲਡ ਬੇਕ ਹੋਣਾ ਪਰ ਫਿਰ ਉਹਨਾਂ ਨੇ ਬੋਲਿਆ ਕਿ ਗੋਲਡ ਬੋਏ ਜੱਸੀ ਭਾਈ ਨੇ ਬੋਲਿਆ ਕਿ ਗੋਲਡ ਬੋਏ ਫਿਰ ਮੈਂ ਉੱਥੇ ਮੈਂ ਕਿਹਾ ਮੈਂ ਜਾਵਾਂ ਜਾਂ ਨਾ ਜਾਵਾਂ ਫਿਰ ਮੈਂ ਫਿਰ ਕਹਿੰਦੇ ਜਾ ਮੇਰੇ ਪਾਪਾ ਨਾਲ ਸੀ ਫਿਰ ਪਾਪਾ ਨੂੰ ਲੈ ਗਿਆ ਮੈਂ ਕਿਹਾ ਫਿਰ ਸ਼ੁਕਰ ਨੂੰ ਪਾਪਾ ਨਾਲ ਲੈ ਗਿਆ ਸੀਗਾ ਪਾਪਾ ਨੂੰ ਸ਼ੁਰੂ ਤੋਂ ਹੀ ਮੈਨੂੰ ਮੇਰੇ ਲਈ ਵੱਡਾ ਸੋਚਦੇ ਆ ਉਹ ਕਿ ਤੂੰ ਜੋ ਕਰਨਾ ਵੱਡਾ ਕਰ ਹੈ ਨਾ ਜੇ ਤੂੰ ਮਿਹਨਤ ਨਹੀਂ ਕਰਨੀ
ਤੇ ਨਾ ਕਰ ਕੰਮ ਦੇ ਵਿੱਚ। ਪਹਿਲਾਂ ਤਾਂ ਦਿਲ ਲੱਗਦਾ ਸੀ ਮੈਨੂੰ ਸਪੋਰਟ ਨਹੀਂ ਕਰਦੇ, ਅੰਦਰੋਂ ਸਪੋਰਟ ਨਹੀਂ ਹੈਗੀ ਉਹਨਾਂ ਦੀ, ਬਟ ਬਾਅਦ 'ਚੋਂ ਪਤਾ ਲੱਗਦਾ ਕਿ ਪੇਰੈਂਟਸ ਦੀ ਹਮੇਸ਼ਾ ਸਪੋਰਟ ਹੁੰਦੀ ਆ ਅੰਦਰੋਂ। ਡਰ ਤਾਂ ਹੁੰਦਾ ਹੀ ਆ, ਕਿਉਂਕਿ ਇਸ ਲਾਈਨ ਦੇ ਵਿੱਚ ਬਹੁਤ ਲੋਕ ਆਉਂਦੇ ਨੇ, ਕਾਮਯਾਬ ਕਈ ਹੁੰਦੇ ਨੇ, ਕਈ ਰਹਿ ਜਾਂਦੇ ਨੇ, ਅਤੇ ਪਾਪਾ ਵੀ ਚਾਹੁੰਦੇ ਸੀ ਕਿ ਜੇ ਤੂੰ ਇਸ 'ਚ ਗਿਆ ਆ ਤਾਂ ਫਿਰ ਟੌਪ ਦਾ ਕੰਮ ਕਰ, ਨਹੀਂ ਤਾਂ ਨਾ ਕਰ। ਵਾਹ ਜੀ ਵਾਹ। ਸੋ ਬਾਕੀ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਬਸ ਇੱਦਾਂ ਹੀ ਪਿਆਰ ਦਿੰਦੇ ਰਹੋ ਗਾਣਿਆਂ ਨੂੰ ਮੇਰੇ, ਸਾਡੀ ਟੀਮ ਨੂੰ, ਅਤੇ ਤੁਹਾਡੇ ਪਿਆਰ ਕਰ ਉਹਨਾਂ ਦੇ ਪਿਆਰ ਕਰਕੇ ਹੀ ਹੈ ਸਭ ਕੁਛ, ਅਤੇ ਅੱਛਾ ਮਿਊਜ਼ਿਕ ਸੁਣਨ, ਤਾਂ ਕਿ ਮੈਂ ਵੀ ਜਿੰਨੇ ਵੀ ਮਿਊਜ਼ਿਕ ਡਾਇਰੈਕਟਰ ਨੇ ਉਹ ਅੱਛਾ ਮਿਊਜ਼ਿਕ ਬਣਾਉਣ, ਅਤੇ ਅੱਛੇ ਸਿੰਗਰਾਂ ਨੂੰ ਸਪੋਰਟ ਕਰੋ ਜੋ ਅੱਛਾ ਗਾਉਂਦੇ ਨੇ, ਜੋ ਮਿਹਨਤ ਕਰਦੇ ਨੇ, ਬਸ ਇਹੀ ਕਹਿਣਾ ਚਾਹੂੰਗਾ। ਵੈਰੀ ਗੁੱਡ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਇਹੀ ਦੁਆ ਕਰਾਂਗੇ ਹੋਰ ਵਧੀਆ ਵਧੀਆ ਗੀਤ ਤੁਸੀਂ ਐਜ਼ ਅ ਮਿਊਜ਼ਿਕ ਡਾਇਰੈਕਟਰ, ਐਜ਼ ਅ ਸਿੰਗਰ ਤੁਸੀਂ ਲੈ ਕੇ ਆਓ। ਸੋ ਥੈਂਕ ਯੂ ਸੋ ਮਚ ਜੀ, ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ।